ਪਰ ਮੈਂ ਮਾਫੀ ਵੀ ਮੰਗ ਲਈ ਬਾਈ, ਮੈਨੂੰ ਤੁਸੀਂ ਮਾੜਾ ਭਲਾ ਵੀ ਬੋਲਿਆ, ਕੋਈ ਗੱਲ ਨੀ, ਚਲੋ ਮੈਂ ਤੁਹਾਡਾ ਛੋਟਾ ਬੋਲਤਾ, ਕੋਈ ਚੱਕਰ ਵਾਲੀ ਗੱਲ, ਠੀਕ ਹੈ ਜੀ। ਉਹ ਤੋਂ ਬਾਅਦ ਜੀ ਤੁਸੀਂ ਮੇਰੇ ਤੇ ਪਰਚਾ ਦਰਜ ਵੀ ਕਰਾਉਣ ਚਲ ਗਏ, ਕੋਈ ਗੱਲ ਨੀ ਜੀ, ਚਲੋ ਜੇ ਮੇਰੀ ਗਲਤੀ ਤੁਸੀਂ ਪਰਚਾ ਦਰਜ ਵੀ ਕਰਵਾਤਾ, ਠੀਕ ਹੈ ਜੀ। ਉਹ ਤੋਂ ਬਾਅਦ ਜੀ ਤੁਸੀਂ ਸਾਡੇ ਘਰੇ ਵੀ ਚਲ ਗਏ, ਹਨਾ ਜੀ, ਬਾਹਰ ਚਲ ਗਏ, 40 ਬੰਦੇ ਲੈ ਕੇ ਚਲ ਗਏ ਜੀ, ਮੈਂ ਸਿੱਧੂ ਨੂੰ ਅਸੀਂ ਸੇਵਾ ਕਰਾਂਗੇ, ਸਿੱਧੂ ਜੀ ਉਹ ਕਰਾਂਗੇ, ਦੇਖੋ ਜੀ, ਠੀਕ ਹੈ, ਤੁਸੀਂ ਮੇਰੇ ਤੇ ਪਰਚਾ ਵੀ ਦਰਜ ਕਰਵਾਤਾ ਜੋ ਕਰਵਾਉਣਾ ਸੀ, ਠੀਕ ਹੈ ਜੀ। ਉਹ ਤੋਂ ਬਾਅਦ ਤੁਸੀਂ ਮੇਰੇ ਘਰ ਮੂਰੇ ਵੀ ਚਲ ਗਏ, ਉੱਥੇ ਵੀ ਬੁਰਾ ਭਲਾ ਬੋਲ ਲਿਆ, ਠੀਕ ਹੈ ਜੀ। ਉਹ ਤੋਂ ਬਾਅਦ ਯਾਰ ਤੁਸੀਂ ਮੇਰੀ ਮਾਂ ਤੋਂ ਵੀ ਹੱਥ ਬਣਵਾ ਲਏ, ਠੀਕ ਹੈ। ਉਹ ਤੋਂ ਬਾਅਦ ਤੁਸੀਂ ਮੇਰੇ ਪਿਓ ਤੋਂ ਵੀ ਹੱਥ ਬਣਵਾ ਲਏ, ਦੋਨਾਂ ਦੇ ਹੱਥ ਜੜਵਾ ਤੇ, ਠੀਕ ਹੈ ਜੀ, ਹਨਾ। ਉਹ ਤੋਂ ਬਾਅਦ ਬਾਈ ਅੱਜ ਮੇਰਾ ਸ਼ੋਅ ਸੀ, ਤੁਸੀਂ ਉਹ ਵੀ ਕੈਂਸਲ ਕਰਵਾ ਲਿਆ ਬਾਈ, ਉਹ ਵੀ ਮੰਨ ਲਿਆ। ਉਹ ਤੋਂ ਬਾਅਦ ਬਾਈ ਤੁਸੀਂ ਮੇਰੇ ਕਿੱਤੇ ਨੂੰ ਵੀ ਮਾੜਾ ਚੰਗਾ ਕਹਿਤਾ, ਉਹ ਵੀ ਮੈਂ ਮੰਨ ਲਈ ਬਾਈ ਗੱਲ, ਠੀਕ ਹੈ ਨਾ ਜੀ, ਠੀਕ ਹੈ। ਉਹ ਤੋਂ ਬਾਅਦ ਤੁਸੀਂ ਸਾਰੀਆਂ ਚੀਜ਼ਾਂ ਕਰ ਕਰਾ ਕੇ, ਹਨਾ, ਤੁਸੀਂ ਕਹਿਤਾ ਵੀ ਜੀ ਇੱਦਾਂ ਕਰਕੇ ਵੀ ਸਿੱਧੂ ਨੂੰ ਫਲਾਨਾ ਧਮਕਾ ਜੇ, ਮੈਨੂੰ ਕੋਈ ਚੱਕਰ ਨਹੀਂ ਜੀ। ਪਰ ਮੈਨੂੰ ਇੱਕ ਗੱਲ ਦੱਸ ਦਿਓ ਬਾਈ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਗੱਲ ਪੁੱਛਦਾ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਮੈਨੂੰ ਇੱਕ ਮੈਨੂੰ ਮੇਰੇ ਵਾਹਿਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਹੈ? ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲ ਲੈ ਕੇ ਕੋਈ ਨਾ ਕੋਈ ਮੁੱਦਾ ਗਰਮ ਹੁੰਦਾ ਰਹਿੰਦਾ, ਕਦੇ ਗਾਣਿਆਂ ਦੇ ਕਰਕੇ ਤੇ ਕਦੇ ਲਾਈਵ ਸਟੇਜਾਂ ਦੇ ਰਿਪਲਾਈਆਂ ਦੇ ਕਰਕੇ, ਜਿੱਥੇ ਸਿੱਧੂ ਮੂਸੇਵਾਲ ਨੇ ਜੱਟੀ ਜੀਉਣਾ ਮੋਰ ਵਰਗੀ ਗਾਣੇ ਦੇ ਕਰਕੇ ਮਾਫੀ ਮੰਗੀ, ਪਰ ਮਾਫੀ ਮੰਗਣ ਤੋਂ ਬਾਅਦ ਵੀ ਸਿੱਧੂ ਮੂਸੇਵਾਲ ਨੇ ਘਰ ਨੂੰ ਸਿੱਖ ਜਥੇਬੰਦੀਆਂ ਨੇ ਘੇਰਿਆ, ਤੇ ਸਭ ਤੋਂ ਵੱਧ ਹੀ ਸਿੱਧੂ ਮੂਸੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਲਾਈਵ ਆਵੇ ਕੁਝ ਗੱਲਾਂ ਬਾਤਾਂ ਕੀਤੀਆਂ। ਤੁਹਾਡਾ ਇਸ ਮੁੱਦੇ ਬਾਰੇ ਕੀ ਵਿਚਾਰ ਆ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ, ਤੇ ਹੁਣ ਆਪਾਂ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲ ਦੀ ਵੀਡੀਓ ਦੇ ਵੱਲ। ਕੱਲ ਪਰਸੋਂ ਤੁਸੀਂ ਸਾਰਿਆਂ ਨੂੰ ਪਤਾ ਹੀ ਵੀ ਕੀ ਸਿਚੁਏਸ਼ਨ ਹੋ ਰਹੀ ਹੈ, ਹਨਾ, ਵੀ ਕਿ ਮੇਰਾ ਗਾਣਾ ਇੱਕ ਅਨਲੀਜ਼ ਲੀਕ ਹੋਇਆ, ਹਨਾ, ਸਾਰਿਆਂ ਨੇ ਦੇਖਿਆ ਜੀ, ਗਾਣਾ ਸੁਣਿਆ ਵੀ, ਹਨਾ, ਸਾਰਿਆਂ ਨੇ ਚੰਗੀ ਤਰ੍ਹਾਂ, ਹਨਾ, ਅਤੇ ਉਹਦੇ 'ਚ ਮੇਰੇ ਤੋਂ ਮਾਈ ਭਾਗੋ ਬਾਰੇ ਇੱਕ ਲਾਈਨ ਕਹੀ ਹੋਈ ਹੈ, ਹਨਾ, ਅਤੇ ਮੈਨੂੰ ਸਾਰਿਆਂ ਨੇ ਉਹ ਗੱਲ ਕਹੀ ਵੀ ਤੂੰ ਗਲਤ ਕੀਤਾ, ਹਨਾ। ਚਲੋ ਮੈਂ ਪਿਛਲੇ ਲਾਈਵ ਦੇ ਵਿੱਚ ਰਾਈਟ ਵੇ, ਮੈਨੂੰ ਪਤਾ ਵੀ ਨਹੀਂ ਸੀਗਾ, ਮੈਨੂੰ ਉਸ ਚੀਜ਼ ਦੀ ਨੌਲੇਜ ਨਹੀਂ ਸੀਗੀ, ਅਤੇ ਮੈਂ ਰਾਈਟ ਵੇ ਉਸ ਚੀਜ਼ ਤੋਂ ਨਾਲ ਦੀ ਨਾਲ ਮਾਫੀ ਮੰਗ ਲਈ ਜੀ, ਵੀ ਮੇਰਾ ਕੋਈ ਇਹੋ ਜਿਹਾ ਮੋਟਿਵ ਨਹੀਂ ਸੀ ਵੀ ਜਾਂ ਮੈਂ ਕੋਈ ਵੀ ਮਾਤਾ ਜੀ ਦਾ ਕੋਈ ਡਿਸਓਨਰ ਕਰਾਂ ਜਾਂ ਕੁਛ ਸਿੱਖ ਧਰਮ ਨਾਲ ਜਾਂ ਸਿੱਖ ਇਤਿਹਾਸ ਨਾਲ ਕੁਛ ਛੇੜਖਾਨੀ ਕਰਾਂ, ਅਤੇ ਨਾ ਹੀ ਆਪਣੀ ਇੰਨੀ ਜ਼ਰੂਰਤ ਹੈ ਵੀ ਕਦੇ ਆਪਾਂ ਇਹੋ ਜਿਹਾ ਕੁਛ। ਅੱਜ ਤੱਕ ਆ ਸਿਰ 'ਤੇ ਪੱਗ ਬੰਨ੍ਹੀ ਹੋਈ ਹੈ ਮੇਰੇ, ਅਤੇ ਇਹ ਸਿਰ 'ਤੇ ਪੱਗ ਬੰਨ੍ਹ ਕੇ ਮੈਂ ਸਾਰੀ ਦੁਨੀਆ 'ਚ ਪੱਗ ਨੂੰ ਰੀਪ੍ਰਜੈਂਟ ਕਰਦਾ ਵੀ ਨਾ ਹੀ ਕਦੇ ਆਪਾਂ ਇਹੋ ਜਿਹਾ ਕੁਛ ਕਦੇ ਸੋਚਿਆ ਵੀ ਮੈਂ ਇੱਕ ਸਿੱਖਾਂ ਦਾ ਮੁੰਡਾ ਹੋ ਕੇ ਵੀ ਇਸ ਚੀਜ਼ ਨੂੰ ਯਾਨੀ ਕਿ ਮੈਂ ਖਰਾਬ ਕਰਾਂ ਕੁਛ, ਹੈ ਨਾ, ਜਾਂ ਵੀ ਮੈਨੂੰ ਉਸ ਕੁਛ ਚੀਜ਼ ਖਰਾਬ ਕਰਕੇ ਵੀ ਮੈਨੂੰ ਮੇਰਾ ਕੁਛ ਉਸ ਦੇ ਵਿੱਚ ਚੀਜ਼ ਫਾਇਦਾ। ਚਲੋ ਮੈਂ ਉਸ ਚੀਜ਼ ਦੇ ਵਿੱਚ ਪੈਂਦਾ ਹੀ ਨਹੀਂ ਕਿਉਂਕਿ ਮੈਂ ਸਮਝਦਾ ਵੀ ਮੇਰੇ 'ਚ ਇੰਨੀ ਵੀ ਮੈਨੂੰ ਇੰਨੀ ਨੌਲੇਜ ਨਹੀਂ ਹੈਗੀ ਮੈਂ ਇਹਨਾਂ ਚੀਜ਼ਾਂ ਦੇ ਉੱਤੇ ਕਿਸੇ ਆਪਣੇ ਤੋਂ ਵੱਡਿਆਂ ਨਾਲ ਜਾਂ ਆਪਣੇ ਜੋ ਸਾਡੇ ਬਜ਼ੁਰਗ ਨੇ ਉਹਨਾਂ ਨਾਲ ਮੈਂ ਬਹਿਸਾਂ, ਹੈ ਨਾ, ਅਤੇ ਮੇਰਾ ਇਹ ਜ਼ਮੀਰ ਵੀ ਇਜਾਜ਼ਤ ਨਹੀਂ ਦਿੰਦਾ ਵੀ ਮੈਂ ਕਿਸੇ ਗੱਲ ਕਰਕੇ ਵੀ ਮੈਂ ਆਪਣੇ ਜਿਹੜੇ ਸਾਡੇ ਸਿੱਖ ਪੰਥ ਦੇ ਜੋ ਮੋਹਤਵਾਰ ਨੇ ਮੈਂ ਉਹਨਾਂ ਬਾਰੇ ਕੁਛ ਬੋਲਾਂ ਜਾਂ ਕੁਛ ਹੋਰ, ਅਤੇ ਨਾ ਹੀ ਮੈਂ ਸਮਝਦਾ ਵੀ ਮੇਰੀ ਇੰਨੀ ਔਕਾਤ ਆ ਵੀ ਆਪਾਂ ਕਿਸੇ ਬਾਰੇ ਕੁਛ ਬੋਲੀਏ। ਆਪਾਂ ਜੀ ਸਿੱਧੇ ਸਾਧੇ ਬੰਦੇ ਹਾਂ, ਆਪਾਂ ਕਰਕੇ ਖਾਣ ਵਾਲੇ ਇਨਸਾਨ ਹਾਂ, ਅਤੇ ਕੰਮ ਧੰਦਾ ਕਰਕੇ ਹੀ ਆਪਾਂ, ਤੁਹਾਨੂੰ ਪਤਾ ਆਪਣਾ ਕਿਤੇ ਕਿੱਥੋਂ ਜੀਰੋ ਤੋਂ ਕਿਵੇਂ ਸਟਾਰਟ ਹੋਇਆ ਅਤੇ ਸਾਰਾ ਕੁਛ ਕਿਵੇਂ ਕੀਤਾ, ਹੈ ਨਾ ਜੀ। ਅਤੇ ਮੈਨੂੰ ਜਦੋਂ ਸਾਰੀ ਗੱਲ ਪਤਾ ਲੱਗੀ, ਸਾਰਾ ਕੁਛ ਪਤਾ ਲੱਗਿਆ, ਹੈ ਨਾ ਜੀ, ਮੈਂ ਰਾਈਟ ਵੇ ਮੈਂ ਉੱਠਿਆ, ਅਤੇ ਮੈਂ ਬਿਨਾਂ ਕੁਛ ਸੋਚੇ ਸਮਝੇ ਮੈਂ ਸਾਰਿਆਂ ਤੋਂ ਪਹਿਲਾਂ ਮੈਂ ਇਹੀ ਕਿਹਾ ਵੀ ਪਹਿਲਾਂ ਤਾਂ ਮੈਂ ਚੀਜ਼ ਨੂੰ ਮਾਫੀ ਮੰਗੀ ਪਹਿਲਾਂ, ਉਹ ਤੋਂ ਬਾਅਦ ਮੈਂ ਐਕਸਪਲੇਨ ਕੀਤਾ ਵੀ ਇਹਦਾ ਮਤਲਬ ਮੈਂ ਮੇਰੀ ਲਿਖਣ ਦਾ ਵਜ੍ਹਾ ਕੀ ਸੀ, ਮੈਂ ਇਹ ਕਿਉਂ ਲਿਖਿਆ, ਮੇਰਾ ਕੀ ਮਤਲਬ ਸੀ, ਹੈ ਨਾ, ਅਤੇ ਜਾਂ ਕੁਛ ਹੋਰ ਵੀ ਇਹਦਾ ਅਸਲ 'ਚ ਮੀਨਿੰਗ ਕੀ ਸੀ, ਮੁੱਦਾ ਕੀ ਸੀਗਾ। ਮੈਂ ਉਹ ਤਾਂ ਪਹਿਲਾਂ ਐਕਸਪਲੇਨ ਕੀਤੇ ਨਹੀਂ, ਪਹਿਲਾਂ ਮੈਂ ਮਾਫੀ ਮੰਗੀ ਵੀ, ਪਹਿਲੀ ਗੱਲ ਤਾਂ ਜੀ ਮੇਰੀ ਮੈਂ ਬਹੁਤ ਛੋਟਾ ਤੁਹਾਡੇ ਸਾਰਿਆਂ ਤੋਂ ਵੀ ਮੇਰੀ ਗਲਤੀ ਹੋ ਗਈ, ਮੈਂ ਤੋਂ ਮੈਂ ਮਾਫੀ ਮੰਗਦਾ ਉਸ ਚੀਜ਼ 'ਤੇ, ਹੈ ਨਾ। ਉਹ ਤੋਂ ਬਾਅਦ ਮੈਂ ਕੁਛ ਨਹੀਂ ਬੋਲਿਆ, ਉਹ ਤੋਂ ਬਾਅਦ ਮੈਂ ਸਿਰਫ ਇਹ ਐਕਸਪਲੇਨ ਕੀਤਾ ਜੀ ਵੀ ਆਹ ਚੀਜ਼ਾਂ ਨੇ ਜੀ ਗਾਣੇ ਦੇ ਵਿੱਚ, ਹੈ ਨਾ ਜੀ, ਮੈਂ ਇਹ ਆਹ ਸੀ, ਜੇ ਤੁਹਾਨੂੰ ਫਿਰ ਵੀ ਗਲਤ ਲੱਗਿਆ ਤਾਂ ਮੈਂ ਜੀ ਮਾਫੀ ਮੰਗਦਾ, ਅਤੇ ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਇਸ ਮਾਫੀ ਮੰਗਣ ਨਾਲ ਕਦੇ ਕੋਈ ਛੋਟਾ ਵੱਡਾ ਨਹੀਂ ਹੁੰਦਾ। ਜੇ ਕਿਤੇ ਤੁਹਾਡੀ ਗਲਤੀ ਤੁਹਾਨੂੰ ਲੱਗਦੀ ਹੈ ਵੀ ਤੁਸੀਂ ਗਲਤ ਹੋ ਉੱਥੋਂ, ਤਾਂ ਉੱਥੇ ਮਾਫੀ ਮੰਗ ਲਓ, ਇਹ ਸਭ ਤੋਂ ਵੱਡੀ ਸਿਆਣਪ ਹੁੰਦੀ ਹੈ, ਠੀਕ ਹੈ ਨਾ ਜੀ। ਅਤੇ ਮੈਂ ਉਹ ਚੀਜ਼ ਮੰਗ ਹੀ ਲਈ ਸੀ ਮਾਫੀ, ਹੈ ਨਾ ਜੀ, ਮੈਂ ਸਾਰਾ ਕੁਛ ਕਰ ਲਿਆ, ਹੈ ਨਾ ਜੀ, ਚਲੋ ਮਾਫੀ ਹੋ ਗਈ ਜੀ, ਠੀਕ ਹੈ ਜੀ। ਅਤੇ ਮੈਂ ਅੱਜ ਵੀ ਉਸ ਚੀਜ਼ ਤੋਂ ਮੁਨਕਰ ਨਹੀਂ ਹੈਗਾ ਜੀ, ਮੈਂ ਕੋਈ ਸਿੱਖ ਧਰਮ ਤੋਂ ਬਾਹਰ ਦਾ ਨਹੀਂ, ਮੈਂ ਪੰਜਾਬ ਤੋਂ ਬਾਹਰ ਦਾ ਨਹੀਂ, ਹੈ ਨਾ ਜੀ, ਅਤੇ ਮੈਂ ਇਸ ਚੀਜ਼ਾਂ ਨੂੰ ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਕਰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਬਿਲੀਵ ਕਰਦਾ, ਅਤੇ ਜੇ ਈਵਨ ਮੈਨੂੰ ਕੋਈ ਸਜ਼ਾ ਲਾਉਂਦੇ ਵੀ ਨੇ, ਹੈ ਨਾ, ਜਾਂ ਕੋਈ ਅਕਾਲ ਤਖਤ ਸਾਹਿਬ ਮੈਨੂੰ ਕਹਿੰਦੇ ਨੇ ਵੀ ਮਾਫੀ ਮੰਗ, ਮੈਂ ਤਾਂ ਜੀ ਅੱਜ ਵੀ ਕੱਲ੍ਹ ਵੀ ਪਰਸੋਂ ਵੀ ਚੌਥੇ ਵੀ ਇਸ ਚੀਜ਼ ਲਈ ਮਾਫੀ ਮੰਗਣ ਲਈ ਤਿਆਰ ਹਾਂ, ਅਤੇ ਮੈਂ ਕਦੇ ਵੀ ਉਸ ਚੀਜ਼ ਤੋਂ ਭੱਜੂਗਾ ਹੀ ਨਹੀਂ, ਕਿਉਂਕਿ ਮੈਂ ਇਹਨਾਂ ਚੀਜ਼ਾਂ ਤੋਂ ਬਾਹਰ ਨਹੀਂ ਆਉਂਦਾ, ਠੀਕ ਹੈ ਨਾ ਜੀ। ਅਕਾਲ ਤਖਤ ਸਾਹਿਬ ਤੋਂ ਮੈਂ ਬਾਹਰ ਨਹੀਂ ਹੈਗਾ, ਅਤੇ ਨਾ ਹੀ ਮੈਂ ਹੈਗਾ ਬਾਹਰ ਗੁਰੂ ਗ੍ਰੰਥ ਸਾਹਿਬ ਜੀ ਤੋਂ, ਹੈ ਨਾ, ਅਤੇ ਕਿਉਂਕਿ ਸਾਡੇ ਗੁਰੂ ਨੇ, ਠੀਕ ਹੈ ਜੀ। ਦੂਜੀ ਗੱਲ,
ਮੇਰੇ ਤੋਂ ਗਲਤੀ ਹੋ ਗਈ ਜੀ, ਮੈਂ ਤਾਂ ਉਸ ਚੀਜ਼ ਮੈਂ ਐਕਸਪਲੇਨ ਨਹੀਂ ਕਰੂੰਗਾ ਦੁਬਾਰੇ ਵੀ ਮੈਂ ਕਿਉਂ ਕੀਤਾ ਜੀ, ਮੈਂ ਗਲਤ ਨਹੀਂ ਹੈਗਾ, ਮੈਂ ਕਹਿਣਾ ਜੀ ਮੈਂ ਜਮੀ ਗਲਤ ਹਾਂ ਹੁਣ, ਠੀਕ ਹੈ ਜੀ ਮੇਰੇ ਤੋਂ ਗਲਤੀ ਹੋ ਗਈ। ਮੈਂ ਨਾਲ ਦੀ ਨਾਲ ਜੀ ਜਦੋਂ ਮੈਂ ਉੱਠਿਆ ਮੈਂ ਕੀ ਕਰ ਸਕਦਾ ਸੀ, ਮੈਂ ਮਾਫ਼ੀ ਮੰਗੀ ਹੈ ਨਾ ਵੀ ਠੀਕ ਹੈ ਜੀ ਮੈਂ ਗਲਤ ਹੋ ਗਿਆ ਜੀ, ਮੇਰੇ ਤੋਂ ਬਾਅਦ ਮਾਫ਼ੀ ਹੋ ਗਈ, ਪਰ ਮੈਂ ਮਾਫ਼ੀ ਵੀ ਮੰਗ ਲਈ ਬਾਈ, ਮੈਨੂੰ ਤੁਸੀਂ ਮਾੜਾ ਭਲਾ ਵੀ ਬੋਲਿਆ, ਕੋਈ ਗੱਲ ਨਹੀਂ, ਚਲੋ ਮੈਂ ਤੁਹਾਡੇ ਦਾ ਛੋਟਾ ਬੋਲਤਾ, ਕੋਈ ਚੱਕਰ ਵਾਲੀ ਗੱਲ, ਠੀਕ ਹੈ ਜੀ। ਉਹ ਤੋਂ ਬਾਅਦ ਜੀ ਤੁਸੀਂ ਮੇਰੇ 'ਤੇ ਪਰਚਾ ਦਰਜ ਵੀ ਕਰਾਉਣ ਚੱਲ ਗਏ, ਕੋਈ ਗੱਲ ਨਹੀਂ ਜੀ, ਚਲੋ ਜੇ ਮੇਰੀ ਗਲਤੀ ਤੁਸੀਂ ਪਰਚਾ ਦਰਜ ਵੀ ਕਰਵਾ ਦਿੱਤਾ, ਠੀਕ ਹੈ ਜੀ। ਉਹ ਤੋਂ ਬਾਅਦ ਜੀ ਤੁਸੀਂ ਸਾਡੇ ਘਰੇ ਵੀ ਚੱਲ ਗਏ ਹੈ ਨਾ ਜੀ, ਬਾਹਰ ਚੱਲ ਗਏ, 40 ਬੰਦੇ ਲੈ ਕੇ ਚੱਲ ਗਏ ਜੀ, ਮੈਂ ਸਿੱਧੂ ਨੂੰ ਅਸੀਂ ਸੇਵਾ ਕਰਾਂਗੇ, ਸਿੱਧੂ ਜੀ ਉਹ ਕਰਾਂਗੇ। ਦੇਖੋ ਜੀ ਮੈਂ ਹੈਗਾ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ, ਵਾਹਿਗੁਰੂ 'ਚ ਮੇਰਾ ਬਹੁਤ ਯਕੀਨ ਹੈ, ਜੇ ਮੈਂ ਗਲਤੀ ਕੀਤੀ ਹੋਵੇ, ਜੇ ਮੇਰੀ ਗਲਤੀ ਹੈਗੀ ਹੋਈ ਹੈ ਨਾ, ਠੀਕ ਹੈ, ਮੈਂ ਤਾਂ ਪਹਿਲੀ ਮੰਨ ਚੁੱਕਿਆ ਮੇਰੀ ਗਲਤੀ ਹੈ, ਤਾਂ ਵਾਹਿਗੁਰੂ ਮੈਨੂੰ ਦੇਖ ਰਿਹਾ, ਠੀਕ ਹੈ ਨਾ। ਜੇ ਮੈਂ ਗਲਤੀ ਹੋਈ ਮੈਨੂੰ ਕਦੇ ਨਾ ਕਿਤੇ ਉਸ ਚੀਜ਼ ਦਾ ਭੁਗਤਾਨ ਮਿਲ ਜੂ, ਕਿਉਂਕਿ ਮੈਂ ਯਕੀਨ ਕਰਦਾ ਵੀ ਪਰਮਾਤਮਾ ਇਸ ਚੀਜ਼ 'ਤੇ ਹੈਗਾ, ਜੇ ਮੈਂ ਕੋਈ ਕੁਛ ਗਲਤ ਕੀਤਾ ਹੋ ਤਾਂ ਮੈਨੂੰ ਉਹਦੀ ਸਜ਼ਾ ਮਿਲੂਗੀ ਮਿਲੂਗੀ। ਅਤੇ ਮੈਂ ਇਸ ਚੀਜ਼ 'ਚ ਵੀ ਬਿਲੀਵ ਕਰਦਾ ਵੀ ਜਿਨ੍ਹਾਂ ਨੇ ਮੇਰੇ ਨਾਲ ਗਲਤ ਕੀਤਾ ਅਤੇ ਰੱਬ ਦੇਖੂਗਾ ਜ਼ਰੂਰ ਉਹਨਾਂ ਨੂੰ, ਹੈ ਨਾ ਜੀ। ਮੈਂ ਮਾਫ਼ੀ ਵੀ ਮੰਗ ਲਈ ਯਾਰ, ਠੀਕ ਹੈ, ਤੁਸੀਂ ਮੇਰੇ 'ਤੇ ਪਰਚਾ ਵੀ ਦਰਜ ਕਰਵਾਤਾ ਜੋ ਕਰਵਾਉਣਾ ਸੀ, ਠੀਕ ਹੈ ਜੀ। ਉਹ ਤੋਂ ਬਾਅਦ ਤੁਸੀਂ ਮੇਰੇ ਘਰ ਮੂਹਰੇ ਵੀ ਚੱਲ ਗਏ, ਉੱਥੇ ਵੀ ਬੁਰਾ ਭਲਾ ਬੋਲ ਲਿਆ, ਠੀਕ ਹੈ ਜੀ। ਉਹ ਤੋਂ ਬਾਅਦ ਯਾਰ ਤੁਸੀਂ ਮੇਰੀ ਮਾਂ ਤੋਂ ਵੀ ਹੱਥ ਬਣਵਾ ਲਏ, ਠੀਕ ਹੈ, ਉਸ ਤੋਂ ਬਾਅਦ ਤੁਸੀਂ ਮੇਰੇ ਪਿਓ ਤੋਂ ਵੀ ਹੱਥ ਬਣਵਾ ਲਏ, ਦੋਨਾਂ ਦੇ ਹੱਥ ਜੜਵਾ ਤੇ, ਠੀਕ ਹੈ ਜੀ, ਹੈ ਨਾ। ਉਹ ਤੋਂ ਬਾਅਦ ਬਾਈ ਅੱਜ ਮੇਰਾ ਸ਼ੋਅ ਸੀ, ਤੁਸੀਂ ਉਹ ਵੀ ਕੈਂਸਲ ਕਰਵਾ ਲਿਆ ਬਾਈ, ਉਹ ਵੀ ਮੰਨ ਲਿਆ। ਉਹ ਤੋਂ ਬਾਅਦ ਬਾਈ ਤੁਸੀਂ ਮੇਰੇ ਕਿੱਤੇ ਨੂੰ ਵੀ ਮਾੜਾ ਚੰਗਾ ਕਹਿਤਾ, ਉਹ ਵੀ ਮੈਂ ਮੰਨ ਲਈ ਬਾਈ ਗੱਲ, ਠੀਕ ਹੈ ਨਾ ਜੀ, ਠੀਕ ਹੈ। ਉਹ ਤੋਂ ਬਾਅਦ ਤੁਸੀਂ ਸਾਰੀਆਂ ਚੀਜ਼ਾਂ ਕਰ ਕਰਾ ਕੇ, ਹੈ ਨਾ, ਤੁਸੀਂ ਕਹਿਤਾ ਵੀ ਜੀ ਇੱਦਾਂ ਕਰਕੇ ਵੀ ਸਿੱਧੂ ਨੂੰ ਫਲਾਨਾ ਧਮਕਾ ਜੇ ਵੋ, ਮੈਨੂੰ ਕੋਈ ਚੱਕਰ ਨਹੀਂ, ਪਰ ਮੈਨੂੰ ਇੱਕ ਗੱਲ ਦੱਸ ਦਿਓ ਬਾਈ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਗੱਲ ਪੁੱਛਦਾ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਤੁਸੀਂ ਮੈਨੂੰ ਇੱਕ ਮੈਨੂੰ ਮੇਰੇ ਵਾਹਿਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਬਸ ਮੈਂ ਇੰਨਾ ਕੁ ਸਵਾਲ ਦਾ ਜਵਾਬ ਮੰਗਦਾ ਵੀ ਤੁਸੀਂ ਮੈਨੂੰ ਜੋੜਿਆ ਜਾਂ ਤੋੜਿਆ, ਠੀਕ ਹੈ ਨਾ ਜੀ। ਤੁਸੀਂ ਕਿੱਤਾ ਤੁਸੀਂ ਮੇਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਵੀ ਮੈਂ ਇਹਨੂੰ ਗਾਲਾਂ ਇਹ ਕਰਦੀ, ਅਸੀਂ ਵੋ ਕਰਦੀ, ਜੇ ਕਰਦੀ ਧਮਕਾ, ਹੈ ਨਾ। ਸ਼ੋਅ ਵੀ ਅੱਜ ਬਾਈ ਤੁਸੀਂ ਯਕੀਨ ਨਹੀਂ ਕਰਨਾ, ਜਿੱਥੇ ਮੇਰਾ ਸ਼ੋਅ ਸੀ ਘੱਟੋ ਘੱਟ 250 ਗੱਡੀ ਇਸ ਵੇਲੇ ਉੱਥੇ ਖੜੀ ਹੈ, ਠੀਕ ਹੈ ਨਾ। ਅਤੇ ਮੈਂ ਉਹਨਾਂ ਲੋਕਾਂ ਨੂੰ ਮਿਲਣ ਆਇਆ ਸੀ ਯਾਰ, ਹੈ ਨਾ, ਮੇਰੀ ਉਹ ਰੂਟੀਨ ਹੈ, ਮੈਂ ਉਹਨਾਂ ਨੂੰ ਮਿਲਣ ਆਇਆ ਸੀ, ਠੀਕ ਹੈ ਨਾ। ਅਤੇ ਉਹ ਬੰਦੇ ਯਾਰ ਅੱਜ ਕੋਈ ਕਿੱਥੋਂ 8-8 ਘੰਟੇ ਦੀ ਡਰਾਈਵ, ਕੋਈ ਕਿੱਥੋਂ, ਕੋਈ ਫਰਾਂਸ ਤੋਂ ਆਇਆ, ਕੋਈ UK ਤੋਂ ਆਇਆ, ਕੋਈ ਕਿੱਥੋਂ ਆਇਆ, ਹੈ ਨਾ, ਉਹ ਬੰਦੇ ਉੱਥੇ ਰੋਕ ਕੇ ਗਏ ਆ ਯਾਰ, ਹੈ ਨਾ। ਤਾਂ ਮੈਨੂੰ ਇਹ ਦੱਸੋ ਤੁਸੀਂ ਇੱਕ ਬੰਦਾ ਆਪਣੇ ਆਪ ਨੂੰ ਛੋਟਾ ਕਰਕੇ, ਹੈ ਨਾ, ਮੈਂ ਮਾਫ਼ੀ ਮੰਗ ਸਾਰਾ ਕੁਛ ਮੰਗ ਰਿਹਾ ਯਾਰ, ਇਹ ਮੈਨੂੰ ਇਹ ਦੱਸੋ ਕਿੱਥੋਂ ਦਾ ਅਸੂਲ ਹੈ ਵੀ ਤੁਸੀਂ ਉਹਦੇ ਮਾਪਿਆਂ ਨੂੰ ਵੀ ਗਾਲਾਂ ਕੱਢ ਕੇ ਦੇਖ ਲਈਆਂ, ਛੋਟਾ ਕਰਤਾ, ਸਾਰਾ ਕੁਛ ਕਰਤਾ, ਹੈ ਨਾ, ਵੀ ਸਾਰਾ ਕੁਛ ਕਰ ਲਿਆ, ਵੀ ਇਹ ਦੱਸੋ ਕਿੱਥੋਂ ਦਾ ਅਸੂਲ ਹੈ ਯਾਰ, ਕਿਹੜਾ ਧਰਮ ਹੈ ਯਾਰ ਵੀ ਜਿਹੜਾ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਵੀ ਕਿਸੇ ਨੂੰ ਤੁਸੀਂ ਇੰਨਾ ਕੁਛ ਮਾੜਾ ਚੰਗਾ ਕਹਿ ਦਿਓ। ਯਾਰ ਮੈਂ ਤਾਂ ਮੈਂ ਅੱਜ ਵੀ ਕਹਿ ਰਿਹਾ, ਮੈਂ ਕੱਲ੍ਹ ਨੂੰ ਵੀ ਕਹੂੰ, ਮੈਂ ਪਰਸੋਂ ਵੀ ਕਹੂੰ ਵੀ ਮੇਰੀ ਗਲਤੀ, ਤੁਸੀਂ ਕਹਿੰਦੇ ਮੇਰੀ ਗਲਤੀ ਹੈ, ਮੈਂ ਮੰਨਦਾ ਮੇਰੀ ਗਲਤੀ ਹੈ, ਮੈਂ ਇਸ ਚੀਜ਼ 'ਤੇ ਜਮੀ ਦੋ ਰਹੇ, ਮੈਂ ਬਹਿਸਦਾ ਹੀ ਨਹੀਂ ਇਸ ਚੀਜ਼ 'ਤੇ, ਮੈਨੂੰ ਕੱਲ੍ਹ ਨੂੰ ਕਹੋਗੇ ਮੈਂ ਕੱਲ੍ਹ ਨੂੰ ਮਾਫ਼ੀ ਮੰਗ ਲੂੰ, ਠੀਕ ਹੈ ਨਾ, ਅੱਜ ਕਹਿੰਦੇ ਹੋ ਅੱਜ ਮੰਗ ਲੂੰ, ਮੈਨੂੰ ਜਿੰਨੇ ਵਾਰੀ ਕਹੋਗੇ ਮੈਂ ਮਾਫ਼ੀ ਮੰਗਣ ਲਈ ਤਿਆਰ, ਗੁਰੂ ਘਰ ਜਾ ਕੇ ਮੱਥਾ ਟਿਕਾ ਕੇ, ਮੱਥਾ ਟੇਕ ਕੇ, ਅਕਾਲ ਤਖ਼ਤ ਸਾਹਿਬ ਜਾ ਕੇ ਵੀ ਮੈਂ ਮਾਫ਼ੀ ਮੰਗਣ ਲਈ ਤਿਆਰ ਹਾਂ, ਜਿਵੇਂ ਮੈਨੂੰ ਕਹਿਣਗੇ ਬਈ ਆਹ ਤੇਰੀ ਸੇਵਾ ਵੀ ਤੂੰ ਆਹ ਗਲਤ ਕੀਤਾ ਸਿੱਧੂ ਤੂੰ ਕਰ, ਮੈਂ ਬਿਲਕੁਲ ਤਿਆਰ ਹਾਂ। ਪਰ ਜੋ ਤੁਸੀਂ ਕੀਤਾ ਤੁਹਾਡੀ, ਤੁਸੀਂ ਕੀ ਮਾਫ਼ੀ ਮੰਗਦੇ ਹੋ ਇਸ ਚੀਜ਼ ਲਈ, ਠੀਕ ਹੈ ਨਾ ਜੀ। ਤੁਸੀਂ ਮੈਨੂੰ ਵੀ ਮਾੜਾ ਚੰਗਾ ਕਹਿ ਲਿਆ, ਤੁਸੀਂ ਸਾਰਾ ਕੁਛ ਕਰ ਲਿਆ, ਤੁਸੀਂ ਅੱਜ 150 ਗੱਡੀ ਆਈ ਸੀਗੀ ਜੀ ਉੱਥੇ, 150-250 ਗੱਡੀ ਆਈ ਸੀ, ਅਤੇ ਤੁਸੀਂ ਉਹਨਾਂ ਦਾ ਮੈਨੂੰ ਦੱਸੋ ਵੀ ਉਹਨਾਂ ਦਾ ਕੀ ਕਸੂਰ ਸੀ ਯਾਰ। ਮੈਂ ਕਿਸੇ ਨੂੰ ਕੁਛ, ਮੈਂ ਮਾੜਾ ਚੰਗਾ ਕਿਸੇ ਨੂੰ ਕੁਛ ਨਹੀਂ ਕਹਿ ਰਿਹਾ, ਨਾ ਮੈਂ ਕਿਸੇ ਨੂੰ ਭੜਕਾ ਰਿਹਾ, ਪਰ ਮੈਂ ਇੱਕੋ ਹੀ ਗੱਲ ਕਹਿਣਾ, ਤੁਸੀਂ ਸਾਰੀ ਪਬਲਿਕ ਹੋ ਯਾਰ, ਤੁਸੀਂ ਸਾਰੇ ਮੇਰੇ ਭਰਾ ਹੋ, ਤੁਸੀਂ ਮੈਂ ਤੁਹਾਡੇ ਕਰਕੇ ਸਾਰਿਆਂ ਕਰਕੇ ਬਣਿਆ, ਪਰ ਸੱਚ ਨੂੰ ਸੱਚ ਕਿਹਾ ਕਰੋ ਯਾਰ, ਠੀਕ ਹੈ ਨਾ। ਜੇ ਕੋਈ ਕਿਸੇ ਪਾਸੇ ਮਾੜਾ ਹੁੰਦਾ ਨਾ ਤਾਂ ਮਾੜਾ ਜ਼ਰੂਰ ਕਹੋ, ਜੇ ਮੈਂ ਮਾੜਾ ਠੋਕ ਕੇ ਮਾੜਾ ਕਹੋ ਵੀ ਸਿੱਧੂ ਤੂੰ ਗਲਤ ਹੈ ਯਾਰ, ਬਿਲਕੁਲ ਗਲਤ ਹੈ, ਮੈਂ ਕੋਈ ਵੱਡਾ ਬਾਲਾ ਕੋਈ, ਮੈਂ ਕੋਈ ਰੱਬ ਤਾਂ ਹੈ ਨਹੀਂ ਗਾ ਵੀ ਜੇ ਮੇਰੇ ਤੋਂ ਕੋਈ ਗਲਤੀ ਨਹੀਂ ਹੋਣੀ, ਅਤੇ ਨਾ ਹੀ ਮੈਂ ਇਸ ਚੀਜ਼ ਦੇ ਵਿੱਚੋਂ ਕਦੇ ਇਹ ਆਖਿਆ ਵੀ ਮੈਂ ਕਦੇ ਮਾਫ਼ੀ ਨਹੀਂ ਮੰਗਣੀ, ਪਰ ਜਿਹੜੀਆਂ ਚੀਜ਼ਾਂ 'ਤੇ ਯਾਰ ਕੋਈ ਗਲਤ ਹੈ ਨਾ ਤਾਂ ਉਹਨੂੰ ਵੀ ਗਲਤ ਕਿਹਾ ਕਰੋ, ਠੀਕ ਹੈ ਨਾ। ਮੈਨੂੰ ਬੜੇ ਬੰਦੇ ਅੱਜ ਮੈਨੂੰ ਕਹਿੰਦੇ ਸਿੱਧੂ ਤੂੰ ਆਇਆ ਅਤੇ ਆਪਣਾ ਕੰਮ ਆਇਆ, ਬਈ ਮੰਨਦਾ ਯਾਰ ਵੀ ਸਾਡਾ ਵਧੀਆ ਕੰਮ ਚੱਲਦਾ, ਠੀਕ ਹੈ, ਉਹ ਮਿਹਨਤ ਆ ਸਾਡੇ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ, ਪਰ ਯਾਰ ਕਿਸੇ ਦਾ ਨੁਕਸਾਨ ਤਾਂ ਨਹੀਂ ਕੀਤਾ ਨਾ ਮੈਂ, ਠੀਕ ਹੈ ਨਾ। ਜੇ ਮੇਰੇ ਤੋਂ ਕੋਈ ਗਲਤੀ ਹੋਈ ਹੈ, ਮੈਂ ਕਹਿ ਕੇ ਥੱਕ ਗਿਆ ਬਾਈ, ਮੇਰੀ ਮੈਨੂੰ ਜੇ ਮੇਰੀ ਗਲਤੀ ਹੈ ਮੈਨੂੰ ਜੋ ਸਜ਼ਾ ਉਹ ਮੈਂ ਲਾ ਲਓ, ਪਰ ਯਾਰ ਇੱਕ ਤਾਂ ਹੁੰਦੀਆਂ ਨੇ ਕਿਸੇ ਨੂੰ ਗਲਤੀ ਨੂੰ ਸਜ਼ਾ ਦੇਣੀ ਜਾਂ ਸਮਝਾਉਣਾ, ਇੱਕ ਹੁੰਦੀ ਹੈ ਯਾਰ ਨਾਮ ਚਮਕਾਉਣਾ ਬਾਈ, ਇਹ ਕਿੱਥੋਂ ਦਾ ਅਸੂਲ ਹੋ ਗਿਆ ਵੀਰੇ, ਹੈ ਨਾ। ਹਰੇਕ ਆਪਣਾ ਨਾਮ ਚਮਕਾਉਣ ਲਈ ਕੋਈ ਕਿਸੇ ਨੂੰ ਕਿੱਧਰੋਂ ਆਉਂਦਾ ਵੀ ਜੀ ਅਸੀਂ ਮਾਫ਼ੀ ਮੰਗਵਾਉਣੇ ਸਿੱਧੂ ਤੋਂ, ਅਸੀਂ ਉਹ ਸਿੱਧੂ ਤਾਂ ਮਾਫ਼ੀ ਮੰਗੀ ਜਾਂਦਾ ਬਾਈ, ਸਿੱਧੂ ਤਾਂ ਤੁਹਾਡੇ ਕਹੇ ਤੋਂ
ਚਲੋ ਮੈਂ ਤਾਂ ਮੰਨਦਾ ਹੀ ਮੇਰੀ ਗਲਤੀ ਹੋ ਗਈ ਵੀਰੇ, ਸਾਰਾ ਕੁਛ ਮੈਂ ਗਲਤ ਕਰਤਾ ਬਾਈ। ਮੈਨੂੰ ਜੇ ਹੁਣ ਵੀ ਅੱਜ ਤੋਂ ਬਾਅਦ ਵੀ ਜੇ ਮੈਨੂੰ ਕੁਛ ਕੋਈ ਕਹੂਗਾ ਨਾ ਵੀ ਬਾਈ ਸਿੱਧੂ ਤੂੰ ਇੱਥੇ ਗਲਤ ਹੈ ਭਰਾ, ਤੂੰ ਜਾ ਕੇ ਮਾਫ਼ੀ ਮੰਗ, ਅਕਾਲ ਤਖ਼ਤ ਸਾਹਿਬ ਜਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ ਸਾਹਮਣੇ ਜਾ ਕੇ ਨਤਮਸਤਕ ਹੋ ਕੇ ਮਾਫ਼ੀ ਮੰਗ, ਮੈਂ ਮਾਫ਼ੀ ਮੰਗਣ ਨੂੰ ਤਿਆਰ ਹਾਂ ਯਾਰ, ਮੈਂ ਕੌਣ ਹੁੰਦਾ? ਠੀਕ ਹੈ, ਮੈਂ ਉਹਨਾਂ ਸਾਹਮਣੇ ਤਾਂ ਮੈਂ ਤੋ ਜਮੀ ਮੇਰੀ ਤਾਂ ਤਨਖਾਹ ਔਕਾਤ ਵੀ ਨਹੀਂ ਹੈਗੀ। ਠੀਕ ਹੈ ਨਾ, ਪਰ ਇੱਕ ਗੱਲ ਹੈ ਵੀ ਗਲਤ ਨੂੰ ਗਲਤ ਕਿਹਾ ਕਰੋ ਮੇਰਾ ਵੀਰ। ਠੀਕ ਹੈ ਨਾ, ਤੁਸੀਂ ਇੱਕ ਬੰਦੇ ਦਾ ਨੁਕਸਾਨ ਕਰਨ ਤੱਕ ਜਾਂਦੇ ਹੋ, ਇੱਕ ਬੰਦੇ ਨੂੰ ਡਿਸਓਨਰ ਕਰਨ ਤੱਕ ਜਾਂਦੇ ਹੋ, ਇੱਕ ਬੰਦੇ ਨੂੰ ਖਤਮ ਕਰਨ ਤੱਕ ਜਾਂਦੇ ਹੋ। ਮੈਂ ਮੰਨਦਾ ਭਰਾ ਅਸੀਂ ਕਲਾਕਾਰ ਹਾਂ, ਸਾਡੀ ਰੋਟੀ ਕਲਾਕਾਰੀ ਨਾਲ ਚੱਲਦੀ ਹੈ, ਹੈ ਨਾ, ਪਰ ਜ਼ਮੀਰ ਸਾਡੇ 'ਚ ਵੀ ਹੈਗਾ ਮੇਰਾ ਵੀਰ। ਜੇ ਕੁਛ ਵੀ ਗਲਤ ਅਸੀਂ ਕੀਤਾ ਨਾ, ਮੈਂ ਕੀਤਾ ਤਾਂ ਅਸੀਂ ਇੰਨੀ ਜ਼ੁਰਤ ਵੀ ਰੱਖਦਾ ਮੈਂ ਵੀ ਮੈਂ ਮਾਫ਼ੀ ਸਾਰਿਆਂ ਸਾਹਮਣੇ ਖੜ ਕੇ ਮੰਗ ਸਕਦਾ, ਅਤੇ ਮੈਂ ਮੰਗਣ ਨੂੰ ਤਿਆਰ ਵੀ ਹਾਂ, ਅਤੇ ਮੈਂ ਹੁਣ ਵੀ ਮੰਗਦਾ ਵੀ ਮੈਥੋਂ ਜੇ ਕੋਈ ਗਲਤੀ ਹੋਈ ਹੈ ਪਰ ਵੀ ਮੈਂ ਗਲਤ ਹਾਂ ਤਾਂ ਮੈਂ ਮਾਫ਼ ਕਰਦਾ, ਮੈਂ ਤੁਹਾਡੇ ਸਾਰਿਆਂ ਤੋਂ ਛੋਟਾ। ਠੀਕ ਹੈ ਨਾ, ਅਤੇ ਮੈਨੂੰ ਕੋਈ ਉਸ ਚੀਜ਼ ਦੇ ਵਿੱਚ ਦਿੱਕਤ ਨਹੀਂ ਹੈਗੀ। ਮੈਂ ਅੱਜ ਵੀ ਮਾਫ਼ੀ ਮੰਗਦਾ, ਮੈਂ ਕੱਲ੍ਹ ਵੀ ਮੰਗਦਾ, ਮੈਂ ਪਰਸੋਂ ਵੀ ਮੰਗੂੰਗਾ। ਠੀਕ ਹੈ ਨਾ, ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ ਨੇ, ਕੋਈ ਮੈਂ ਕੋਈ ਇਹ ਤਾਂ ਹੈ ਨਹੀਂ ਵੀ ਮੈਥੋਂ ਕਦੇ ਕੋਈ ਗਲਤੀ ਹੋ ਹੀ ਨਹੀਂ ਸਕਦੀ, ਪਰ ਜੋ ਤੁਹਾਡਾ ਤਰੀਕਾ ਨਾ ਬਾਈ ਬਹੁਤ ਗਲਤ ਆ। ਠੀਕ ਹੈ ਨਾ, ਪਹਿਲਾਂ ਤੁਸੀਂ ਯਾਰ ਮੈਂ ਗਾਉਣਾ, ਮੇਰੇ ਮਾਂ ਪਿਓ ਅਨਪੜ੍ਹ ਮਾਂ ਪਿਓ ਹੈ ਮੇਰੇ, ਠੀਕ ਹੈ ਨਾ, ਠੀਕ ਹੈ, ਤਾਂ ਸਾਰਾ ਕੁਛ ਉਹਨਾਂ ਨੂੰ, ਉਹਨਾਂ ਦਾ ਤਾਂ ਵਿਚਾਰਿਆਂ ਦਾ ਕੋਈ ਲੈਣਾ ਦੇਣਾ ਹੀ ਨਹੀਂ। ਠੀਕ ਹੈ ਨਾ, ਨਾਲੇ ਜਿਹੜੇ ਸਮਝਾਉਣਾ ਆ ਬਾਈ, ਅਸੀਂ ਤੇਰੀ ਮਾਂ ਨੂੰ ਸਮਝਾਉਣਾ, ਯਾਰ ਉਹਨੂੰ ਕੀ ਸਮਝਾਉਣਾ ਮੈਨੂੰ, ਮੈਂ ਬੈਠਾ ਜਦੋਂ ਮੈਂ ਮਾਫ਼ੀ ਮੰਗ ਰਿਹਾ ਸਾਰਾ ਕੁਛ। ਠੀਕ ਹੈ ਨਾ ਮੇਰਾ ਵੀਰ, ਤੁਸੀਂ ਮੇਰੀ ਮਾਂ ਤੋਂ ਹੱਥ ਜੜਵਾ ਕੇ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਬਾਈ ਬਹੁਤ ਵੱਡੇ ਤੀਰ ਮਾਰਤਾ ਬਾਈ, ਤਾਂ ਇਹ ਤਾਂ ਕੋਈ ਸਾਲੀ ਸਿਚੁਏਸ਼ਨ ਸਹੀ ਨਹੀਂ ਨਾ ਹੋਈ ਬਾਈ। ਮੈਂ ਤਾਂ ਹੱਥ ਬੰਨ੍ਹ ਕੇ ਤੁਹਾਡੇ ਸਾਹਮਣੇ ਆਹ ਪਹਿਲਾਂ ਖੜਾ ਵੀ ਬਾਈ ਮੇਰੀ ਗਲਤੀ ਹੈ ਜੀ, ਮੈਨੂੰ ਜੋ ਤੁਸੀਂ ਲਾਉਣਾ, ਮੈਂ ਹੱਥ ਬੰਨ੍ਹ ਕੇ ਤੁਹਾਡੇ ਸਾਹਮਣੇ ਖੜਾ, ਜੋ ਕਹੋਗੇ ਜੀ ਮੈਂ ਤੁਹਾਡੇ ਨਾਲ ਹਾਂ। ਮੈਂ ਸਿੱਖ ਕੌਮ ਤੋਂ, ਸਿੱਖ ਪੰਥ ਤੋਂ, ਅਤੇ ਮੈਂ ਸਾਰੇ ਸਿੱਖ ਜਗਤ ਤੋਂ ਬਾਹਰ ਨਹੀਂ ਹੈਗਾ ਜੀ। ਠੀਕ ਹੈ ਨਾ, ਪਰ ਜੇ ਕੋਈ ਯਾਰ ਤੁਸੀਂ ਕਿਸੇ ਦੀ ਧੌਣ ਫੜ ਕੇ ਉਹਨੂੰ ਮਿੱਟੀ 'ਚ ਦੱਬਣ 'ਤੇ ਤੁਲੇ ਹੋਏ ਹੋ ਤਾਂ ਇਹ ਤਾਂ ਕੋਈ ਤਰੀਕਾ ਨਹੀਂ ਨਾ ਹੋਇਆ ਜੀ। ਠੀਕ ਹੈ ਨਾ ਜੀ, ਮੈਂ ਅੱਜ ਵੀ ਕਹਿੰਦਾ ਆਹ ਜੋ ਮੇਰਾ ਸਿਰ ਹੈ, ਠੀਕ ਹੈ ਨਾ, ਆਹ ਸਿਰ 'ਤੇ ਪੱਗ ਬੰਨ੍ਹੀ ਹੋਈ ਹੈ, ਠੀਕ ਹੈ ਨਾ, ਅਤੇ ਮੇਰੇ ਮਨ ਦੇ ਵਿੱਚ ਜੋ ਮੇਰੇ ਮਨ ਦੇ ਵਿੱਚ ਜ਼ਮੀਰ ਹੈ ਅੱਜ ਵੀ ਕਹਿਣਾ, ਅਤੇ ਮੈਂ ਇੰਨੀ ਹਿੰਮਤ ਰੱਖਦਾ, ਮੈਨੂੰ ਜਿੱਥੇ ਕਹੋਗੇ ਮੈਂ ਮਾਫ਼ੀ ਮੰਗਣ ਲਈ ਤਿਆਰ ਹਾਂ ਜੀ, ਮੈਂ ਹੁਣ ਵੀ ਮਾਫ਼ੀ ਮੰਗਦਾ, ਅਤੇ ਮੈਂ ਮੇਰਾ ਇਹ ਸਰੀਰ, ਮੇਰੀ ਇਹ ਮਾਤਾ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੈਗੀ। ਠੀਕ ਹੈ ਨਾ, ਪਰ ਜੇ ਤੁਸੀਂ ਇਸ ਚੀਜ਼ ਦਾ ਫਾਇਦਾ ਲੈ ਕੇ ਯਾਰ ਕਿਸੇ ਨੂੰ ਉਹੀ ਦਬਾਉਣ ਨੂੰ ਤੁਰ ਹੋਵੋਗੇ ਨਾ, ਪਰ ਇਹ ਕੋਈ ਸੈਂਸ ਨਹੀਂ ਬਣਦੀ ਮੇਰਾ ਵੀਰ। ਜਿੱਥੇ ਮੇਰੀ ਕਿਤੇ ਗਲਤੀ ਹੈ ਮੈਂ ਅੱਜ ਵੀ ਮਾਫ਼ੀ ਮੰਗਦਾ ਜੀ, ਅਤੇ ਮੈਂ ਮਾਫ਼ੀ ਉਹਨਾਂ ਤੋਂ ਵੀ ਮੰਗਦਾ ਜਿਹੜੇ ਅੱਜ 150-200 ਗੱਡੀ ਆ ਕੇ ਗਈ ਹੈ ਨਾ, ਮੈਨੂੰ ਪਤਾ ਵੀ ਉਹਨਾਂ ਦਾ ਮੂੰਹ ਦੇਖਣ ਵਾਲਾ ਸੀਗਾ ਹੈ ਨਾ, ਮੇਰੇ ਤੋਂ ਉੱਥੇ ਜਾ ਕੇ ਖੜਿਆ ਵੀ ਨਹੀਂ ਗਿਆ, ਮੈਥੋਂ ਦੇਖਿਆ ਵੀ ਨਹੀਂ ਗਿਆ ਵੀ ਯਾਰ ਉਹ ਅੱਜ ਫਿਰ ਮੁੜੇ ਨੇ, ਕਿਉਂਕਿ ਇਟਲੀ ਮੇਰਾ ਪਹਿਲਾਂ ਵੀ ਸ਼ੋਅ ਕੈਂਸਲ ਹੋਇਆ ਸੀ, ਅੱਜ ਵੀ ਹੋ ਗਿਆ ਹੈ ਨਾ। ਚਲੋ ਜੋ ਵੀ ਹੋ ਗਿਆ, ਕਿਸਮਤ ਕੋਈ ਮਸਲਾ ਨਹੀਂ, ਜਿਹਨਾਂ ਨੂੰ ਮੈਂ ਮਿਲਣਾ ਉਹ ਮਿਲ ਹੀ ਲੈਣਾ ਹੈ ਨਾ, ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ, ਮੈਂ ਕੁਛ ਜੋ ਮੇਰੇ ਪਰਮਾਤਮਾ ਨੇ ਵਾਹਿਗੁਰੂ ਨੇ ਮੇਰੀ ਕਿਸਮਤ 'ਚ ਲਿਖਿਆ, ਜੇ ਮੈਂ ਅੱਗੇ ਜਾਣਾ ਹੋਊ ਮੈਂ ਅੱਗੇ ਵੀ ਜਾ ਵੜੂੰ, ਜੇ ਡਿੱਗਣਾ ਹੋਊ ਡਿੱਗ ਵੀ ਜਾਊਂ, ਮੈਨੂੰ ਕੋਈ ਦਿੱਕਤ ਨਹੀਂ ਜੀ। ਠੀਕ ਹੈ, ਮੈਂ ਦਿਹਾੜੀ ਕਰਨ ਆਇਆ ਸੀ ਕੈਨੇਡਾ, ਠੀਕ ਹੈ, ਮੈਂ ਕੋਈ ਕਲਾਕਾਰ ਜਾਂ ਕੁਛ ਹੋਰ ਬਣਨ ਨੂੰ ਨਹੀਂ ਆਇਆ ਸੀ, ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੈ ਨਾ, ਮੇਰੀ ਮਤ ਤੋਂ ਮੇਰੀ ਸੋਚ ਤੋਂ ਵੱਧ ਕੇ ਦਿੱਤਾ ਹੈ ਨਾ ਮੈਨੂੰ। ਪਰ ਮੈਂ ਇੱਕੋ ਹੀ ਗੱਲ ਕਹਿਣਾ ਵੀ ਜਿਹੜੇ ਮੇਰੇ ਮਾਂ ਪਿਓ ਨੂੰ ਮਾੜਾ ਬੋਲਣ, ਮੇਰੇ ਮਾਂ ਪਿਓ ਤੋਂ ਹੱਥ ਬਣਾਉਣ ਪਹੁੰਚੇ ਸੀ ਨਾ, ਮਾੜਾ ਜਿਹਾ ਆਪਣੀ ਪੀੜ੍ਹੀ ਥੱਲੇ ਸੋਟਾ ਜ਼ਰੂਰ ਮਾਰਿਓ ਬਾਈ, ਤੁਸੀਂ ਕਿੰਨੇ ਕੁ ਜੋਗੇ ਹੋ, ਤੁਹਾਡੇ ਤੋਂ ਕਦੇ ਕੋਈ ਗਲਤ ਨਹੀਂ ਹੋਈ ਬਾਈ ਹੈ ਨਾ। ਅਤੇ ਮੈਂ ਤਾਂ ਵੀਰੇ ਅੱਜ ਵੀ ਬਸ ਮੈਂ ਤੁਹਾਨੂੰ ਇੰਨੀ ਕੁ ਗੱਲ ਹੀ ਕਹਿਣਾ ਮੇਰੇ ਵੀਰ, ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਜਿੰਨੇ ਵੀ ਮੈਨੂੰ ਮੇਰਾ ਮੈਨੂੰ ਆਪਣਾ ਭਰਾ ਸਮਝਦੇ ਨੇ, ਆਪਣੀ ਫੈਮਿਲੀ ਦਾ ਪਾਰਟ ਸਮਝਦੇ ਨੇ, ਇੱਕ ਵਾਰੀ ਉਹਨਾਂ ਬੰਦਿਆਂ ਨੂੰ ਜ਼ਰੂਰ ਪੁੱਛਿਓ ਵੀ ਤੁਸੀਂ ਕੀ ਕੀਤਾ। ਚਲੋ ਸਿੱਧੂ ਤਾਂ ਹੈ ਹੀ ਗਲਤ ਹੈ, ਸਿੱਧੂ ਨੇ ਤਾਂ ਗਲਤੀਆਂ ਬਹੁਤ ਵੱਡੀਆਂ ਵੱਡੀਆਂ ਕਰਤੀਆਂ ਜੀ, ਸਿੱਧੂ ਨੇ ਬਹੁਤ ਕੁਛ ਕਰਤਾ, ਮੈਂ ਤਾਂ ਆਪਣੇ ਆਪ ਨੂੰ ਕਹਿਣਾ ਵੀ ਜਮਾਂ ਮੈਂ ਰਹੂੰਗਾ, ਤੁਸੀਂ ਬਹੁਤ ਸਿਆਣੇ ਸੀ, ਤੁਸੀਂ ਕੀ ਕਰਕੇ ਆਏ ਹੋ? ਠੀਕ ਹੈ ਜੀ, ਤੁਸੀਂ ਮੈਨੂੰ ਦੱਸੋ ਮੇਰੇ ਮਾਂ ਪਿਓ ਤੋਂ ਹੱਥ ਬਣਵਾ ਕੇ, ਸਾਡੇ ਘਰ ਮੂਹਰੇ ਰੌਲਾ ਪਾ ਕੇ, ਮੈਨੂੰ ਗਾਲਾਂ ਕੱਢ ਕੇ ਕੀ ਸਾਰਾ ਕੁਛ ਮੁੜਿਆ ਆ ਬਾਈ, ਤੁਸੀਂ ਦੱਸੋ ਸਾਰਾ ਕੁਛ ਮੁੜਿਆ ਆ? ਮੈਂ ਮਾਈ ਭਾਗੂ ਜੀ ਬਾਰੇ, ਮਾਤਾ ਬਾਰੇ ਕੁਛ ਗਲਤ ਬੋਲਿਆ, ਉਹ ਮੁੜਿਆ ਆ ਬਾਈ? ਯਾਰ ਮੈਂ ਤਾਂ ਤੁਹਾਡੇ ਸਾਹਮਣੇ ਹੱਥ ਬੰਨੀ ਖੜਾ ਵੀ ਯਾਰ ਬਾਈ ਮੇਰੇ ਤੋਂ ਗਲਤੀ ਹੋ ਗਈ। ਠੀਕ ਹੈ, ਮੈਂ ਤਾਂ ਇਸ ਚੀਜ਼ ਮੈਂ ਬਹਿਸ, ਮੈਂ ਚਲੋ ਪਹਿਲਾਂ ਮੈਂ ਇਸ ਗੱਲ ਤੇ ਗਲਤ ਵੀ ਮੈਂ ਇਸ ਚੀਜ਼ ਤੇ ਮੈਂ ਬਹਿਸਿਆ ਵੀ ਯਾਰ ਵੀ ਨਹੀਂ ਵੀ ਮੈਂ ਬਾਬਾ ਜੀ ਮੈਂ ਇਹ ਚੀਜ਼ ਨਹੀਂ ਕਹੀ, ਮੇਰਾ ਤਰੀਕਾ ਕਹਿਣ ਦਾ ਆਹ ਸੀ, ਮੇਰਾ ਮਤਲਬ ਆਹ ਸੀ, ਮੈਂ ਸਿਰਫ ਉਹਦੇ ਵਿੱਚ ਇੱਕ ਕੁੜੀ ਦੀ ਸ਼ਖਸੀਅਤ ਦਿਖਾਈ ਹੈ। ਠੀਕ ਹੈ ਨਾ ਜੀ, ਇੱਕ ਕੁੜੀ ਜਿਹਦੀ ਸੋਚ ਮਾਈ ਭਾਗੋ ਵਰਗੀ ਹੈ, ਜੋ ਕਹਿੰਦੀ ਹੈ ਵੀ ਮੈਂ ਟਾਈਮ ਤੇ ਆ ਕੇ ਤਲਵਾਰ ਵੀ ਚੱਕ ਲੂੰ, ਮੈਂ ਤਾਂ ਹੁਣ ਉਹ ਵੀ ਨਹੀਂ ਕਹਿ ਰਿਹਾ। ਠੀਕ ਹੈ ਨਾ, ਮੈਂ ਜਮਾਂ ਮੰਨ ਲਿਆ ਜੀ ਮੈਂ ਗਲਤੀਆਂ, ਤੁਸੀਂ ਦੱਸੋ ਤੁਸੀਂ ਕੀ ਸਹੀ ਕੀਤਾ? ਜੋ ਤੁਸੀਂ ਹਰਕਤ ਕੀਤੀ ਹੈ, ਜੋ ਤੁਸੀਂ ਮੇਰੇ ਘਰ ਮੂਹਰੇ ਆ ਕੇ ਜੀ ਅਸੀਂ ਸਿੱਧੂ ਦੀ ਸੇਵਾ ਕਰਨੀ ਹੈ, ਸਿੱਧੂ ਨੂੰ ਸਿੱਧੂ ਦੀ ਸੇਵਾ, ਜੇ ਸਿੱਧੂ ਗਲਤ ਹੋਊਗਾ ਨਾ ਪਰਮਾਤਮਾ ਹੀ ਕਰ ਦੂਗਾ। ਠੀਕ ਹੈ ਨਾ, ਉਹ ਇੰਨੀ ਕੁ ਤਾਕਤ ਰੱਖਦਾ, ਜੇ ਕੁਛ ਮੈਂ ਗਲਤ ਕਰੂੰਗਾ ਨਾ ਤਾਂ
ਠੀਕ ਹੈ ਨਾ। ਮੈਂ ਇੰਨੀ ਕੁ ਗੱਲ ਕਹਿਣਾ, ਸਿਰ ਝੁਕਦਾ ਮੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ, ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ, ਸਾਰੀ ਸਮੂਹ ਸੰਗਤ ਹੈ ਜੋ ਜਿਨ੍ਹਾਂ ਨੂੰ ਸੱਚਿਓਂ ਬੁਰਾ ਲੱਗਿਆ ਉਹਨਾਂ ਅੱਗੇ। ਪਰ ਜਿਹੜੇ ਆਹ ਸਿਰਫ ਨਾਮ ਚਮਕਾਉਣ ਲਈ ਹੈ ਨਾ, ਜਾਂ ਵੀ ਆਪਦੇ ਆਪ ਨੂੰ ਇਹ ਕਹਿੰਦੇ ਅਸੀਂ ਸਿੱਧੂ ਦੇ ਦਰਵਾਜ਼ੇ 'ਚ ਜਾ ਕੇ ਲੱਤਾਂ ਮਾਰੀਆਂ, ਇਹ ਕਰਤਾ ਉਹ ਕਰਤਾ, ਇਹਨਾਂ ਚੀਜ਼ਾਂ ਨਾਲ ਵੀਰੇ ਕੁਛ ਨਹੀਂ ਹੁੰਦਾ, ਠੀਕ ਹੈ ਨਾ। ਇਹੋ ਜਿਹੇ ਨਾਮ ਦੀ ਚਾਂਦੀ ਨਾਮ ਵਾਲਾ ਟਾਈਮ ਚੱਲੇ, ਠੀਕ ਹੈ ਨਾ ਜੀ। ਇਹ ਸਿਰ ਝੁਕਦਾ ਪਰਮਾਤਮਾ ਅੱਗੇ ਝੁਕਦਾ, ਕਿਸੇ ਅਕੌਤੀ ਬੰਦਿਆਂ ਮੂਹਰੇ ਨਹੀਂ ਝੁਕਦਾ, ਠੀਕ ਹੈ ਨਾ ਜੀ। ਮੈਂ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ, ਜੇ ਮੈਂ ਗਾਣਿਆਂ ਦੇ ਵਿੱਚ ਗੱਲ ਕਹਿਣ ਦੀ ਜ਼ਰੂਰਤ ਰੱਖਦਾ ਤਾਂ ਮੈਂ ਮਾਫ਼ੀ ਮੰਗਣ ਦੀ ਵੀ ਜ਼ਰੂਰਤ ਰੱਖਦਾ, ਠੀਕ ਹੈ ਨਾ, ਅਤੇ ਸਾਰੇ ਬੰਦਿਆਂ ਸਾਹਮਣੇ ਮੰਗਣ ਦੀ ਜ਼ਰੂਰਤ ਰੱਖਦਾ, ਠੀਕ ਹੈ ਨਾ। ਇਸ ਚੀਜ਼ ਦਾ ਇਹ ਨਾ ਸੋਚਿਓ ਵੀ ਸਿੱਧੂ ਤਾਂ ਜੀ ਬਸ ਚੀਕ ਹੀ ਵੱਜ ਗਈ ਜਾਂ ਕੁਛ, ਨਾ ਮੈਨੂੰ ਇੰਡਸਟਰੀ ਇੰਡਸਟਰੀ ਨਾਲ ਲੈਣਾ ਦੇਣਾ ਵੀ, ਨਾ ਮੇਰਾ ਬਿਜ਼ਨਸ ਬੰਦ ਹੋਊ ਜਾਂ ਕੁਛ ਹੋਰ ਬੰਦ ਹੋਊ। ਜਿੱਥੇ ਮੈਂ ਗਲਤ ਹਾਂ ਠੋਕ ਕੇ ਗਲਤ ਹਾਂ ਜੀ, ਅਤੇ ਠੋਕ ਕੇ ਉਸ ਚੀਜ਼ ਜਿੱਥੇ ਖੜਾਉਂਗੇ ਉੱਥੇ ਮਾਫ਼ੀ ਮੰਗਣਾ। ਪਰ ਜੇ ਕਿਸੇ ਨੇ ਬਾਈ ਮੇਰੇ ਯਾਨੀ ਕਿ ਸਾਡੇ ਸਿਰ 'ਤੇ ਪੈਰ ਧਰਤਾ ਬਾਈ ਇਸ ਚੀਜ਼ ਦਾ ਸਿਰਫ ਆਪਣਾ ਨਾਮ ਚਮਕਾਉਣ ਲਈ, ਬਾਈ ਉਸ ਚੀਜ਼ ਦਾ ਮੇਰੇ ਕੋਲ ਬਾਈ ਕੋਈ ਹੱਲ ਨਹੀਂ। ਮੈਂ ਤੁਹਾਨੂੰ ਸਾਰੇ ਪਰਿਵਾਰ ਨੂੰ, ਮੇਰੀ ਇੰਸਟਾਗ੍ਰਾਮ ਫੈਮਿਲੀ ਨੂੰ, ਮੇਰੇ ਜਿੰਨੇ ਚਾਹੁਣ ਵਾਲੇ ਨੇ, ਠੀਕ ਹੈ ਨਾ, ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਵੀਰੇ, ਮੈਂ ਨਹੀਂ ਕਹਿਣਾ ਮੈਨੂੰ ਸਹੀ ਕਹੋ, ਪਰ ਜਿਹੜਾ ਗਲਤ ਹੈ ਠੋਕ ਕੇ ਗਲਤ ਕਹੋ ਬਾਈ, ਠੀਕ ਹੈ। ਜਿੰਨੀ ਜਦ ਤੁਸੀਂ ਮੇਰੀ ਗਲਤੀ ਸੀ ਨਾ, ਮੈਨੂੰ ਠੋਕ ਕੇ ਗਲਤ ਕਿਹਾ ਸੀ ਨਾ, ਮੈਂ ਸਾਰਿਆਂ ਤੋਂ ਮਾਫ਼ੀ ਮੰਗੀ ਬਾਈ। ਪਰ ਜੋ ਬੰਦੇ ਇਹ ਕਰ ਰਹੇ ਨੇ ਤਾਂ ਤੁਹਾਡਾ ਇਹ ਵੀ ਫਰਜ਼ ਬਣਦਾ, ਤਾਂ ਤੁਸੀਂ ਇਹਨਾਂ ਨੂੰ ਵੀ ਅਕਲ ਦਿਓ, ਠੀਕ ਹੈ ਜੀ। ਪਹਿਲੀ ਮਾਫ਼ੀ ਮੇਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਠੀਕ ਹੈ ਨਾ, ਜੋ ਮੇਰੇ ਤੋਂ ਗਲਤੀ ਹੋਈ ਹੈ, ਮੈਥੋਂ ਅਪਸ਼ਬਦ ਜਾਣੇ ਅਣਜਾਣੇ 'ਚ ਬੋਲਿਆ ਗਿਆ, ਮੈਂ ਉਹਦੇ ਲਈ ਮਾਫ਼ੀ ਮੰਗੀ ਹੈ, ਠੀਕ ਹੈ। ਦੂਜੀ ਮਾਫ਼ੀ ਮੇਰੀ ਇਟਲੀ ਵਾਲਿਆਂ ਨੂੰ ਹੈ ਜੀ, ਜਿੱਥੇ ਮੈਂ ਸ਼ੋਅ ਕਰਨ ਆਇਆ ਸੀ, ਅਤੇ ਜਿੱਥੇ ਮੈਨੂੰ ਇਹਨਾਂ ਦੀਆਂ ਗੱਲਾਂ ਨੇ, ਇਹਨਾਂ ਦੀਆਂ ਸਿਰਫ ਆਪਣਾ ਨਾਮ ਚਮਕਾਉਣ ਵਾਲਿਆਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਚਲੋ ਮੈਂ ਕਿਸੇ ਨੂੰ ਕੁਛ ਕਹਿੰਦਾ ਨਹੀਂ, ਠੀਕ ਹੈ ਜੀ, ਉਹਨਾਂ ਤੋਂ ਮਾਫ਼ੀ ਹੈ ਜਿਨ੍ਹਾਂ ਨੂੰ ਮੈਂ ਅੱਜ ਜਿਹੜੇ ਮੇਰੇ ਕਰਕੇ ਅੱਜ 8-8 ਘੰਟੇ ਡਰਾਈਵਾਂ ਕਰਕੇ ਆਏ ਸੀ ਮੈਨੂੰ ਮਿਲਣ ਵਾਸਤੇ, ਉਹਨਾਂ ਨੂੰ ਮੈਂ ਨਹੀਂ ਮਿਲ ਸਕਿਆ, ਠੀਕ ਹੈ ਨਾ ਜੀ। ਪਰ ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਸਾਰਿਆਂ ਤੋਂ। ਅਤੇ ਦੂਜੀ ਗੱਲ, ਇਹ ਕੋਈ ਕਿਸੇ ਨੂੰ ਪੰਥ ਨਾਲ ਜੋੜਨ ਦਾ ਤਰੀਕਾ ਨਹੀਂ ਜੋ ਤੁਸੀਂ ਕੀਤਾ, ਇਹ ਤੋੜਨ ਦਾ ਤਰੀਕਾ। ਪਰ ਸਾਡਾ ਇੰਨਾ ਮਨੋਬਲ ਡਾਊਨ ਨਹੀਂ, ਠੀਕ ਹੈ, ਇੰਨਾ ਸਾਡਾ ਕੱਚਾ ਵਿਸ਼ਵਾਸ ਨਹੀਂ ਵੀ ਅਸੀਂ ਕਿਸੇ ਦੀਆਂ ਹਰਕਤਾਂ ਕਰਕੇ ਵਾਹਿਗੁਰੂ 'ਚੋਂ ਹੀ ਆਪਣਾ ਯਕੀਨ ਚੱਕ ਜਾਈਏ। ਸਾਨੂੰ ਪਰਮਾਤਮਾ 'ਤੇ ਪੂਰਾ ਭਰੋਸਾ, ਆਪਦੇ ਆਪ 'ਤੇ ਵੀ ਭਰੋਸਾ, ਅਤੇ ਉਹਦੇ ਫੈਸਲੇ 'ਤੇ ਵੀ ਭਰੋਸਾ। ਜੇ ਸਾਡੇ 'ਤੇ ਕੋਈ ਗਲਤੀ ਹੋਊਗੀ ਤਾਂ ਮੈਨੂੰ ਸਜ਼ਾ ਮਿਲੂਗੀ, ਅਤੇ ਮੈਂ ਉਸ ਸਜ਼ਾ ਦਾ ਸਤਿਕਾਰ ਆਦਰ ਕਰੂੰਗਾ, ਅਤੇ ਮੈਨੂੰ ਕੋਈ ਉਸ ਚੀਜ਼ ਦੇ ਵਿੱਚ ਗਲਾ ਸ਼ਿਕਵਾ ਨਹੀਂ, ਠੀਕ ਹੈ ਨਾ ਜੀ। ਮੈਂ ਤੁਹਾਡੇ ਸਾਰਿਆਂ ਤੋਂ ਵੀ ਮਾਫ਼ੀ ਮੰਗਦਾ, ਬਸ ਇਹੀ ਗੱਲ ਕਹਿਣਾ ਮੇਰਾ ਵੀਰੋ, ਹੱਕ ਸੱਚ ਲਈ ਬੋਲਿਓ ਜਦੋਂ ਵੀ ਬੋਲੋਗੇ, ਜਿੱਥੇ ਜਿਹਨੂੰ ਗਲਤ ਹੈ ਬੇਸ਼ੱਕ ਮੈਂ ਗਲਤ ਹਾਂ, ਜਮਾਂ ਠੋਕ ਕੇ ਗਲਤ ਕਿਹੋ, ਪਰ ਜੇ ਕੋਈ ਦੂਜਾ ਵੀ ਗਲਤ ਹੈ ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਉਹਨੂੰ ਵੀ ਖੋਣਾ ਜੀ। ਬਾਕੀ ਮੈਂ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਰੀਆਂ ਸਿੱਖ ਸੰਗਤਾਂ ਲਈ, ਠੀਕ ਹੈ ਨਾ ਜੀ, ਜਿਨ੍ਹਾਂ ਨੂੰ ਮੇਰੀ ਕਿਸੇ ਗਲਤੀ ਕਰਕੇ ਠੇਸ ਪਹੁੰਚੀ ਹੈ, ਮੈਂ ਉਹ ਵੀ ਪੋਸਟ ਕਰਨ ਲੱਗਿਆ ਲਾਈਵ ਤੋਂ ਬਾਅਦ, ਠੀਕ ਹੈ ਨਾ ਜੀ। ਇੰਨਾ ਕੁ ਬੋਲਣਾ ਸੀ ਬਾਈ, ਅੱਜ ਤੋਂ ਬਾਅਦ ਕਦੇ ਕੋਈ ਇਸ ਚੀਜ਼ 'ਤੇ ਮੈਂ ਲਾਈਵ ਨਹੀਂ ਹੋਊਂਗਾ, ਨਾ ਮੈਂ ਕਿਸੇ ਬਾਰੇ ਕੁਛ ਬੋਲੂੰਗਾ। ਹਾਂ, ਮੇਰੇ ਮਨ ਦੇ ਵਿੱਚ ਗੁੱਸਾ ਸੀ ਕਿਉਂਕਿ ਕਈ ਚੀਜ਼ਾਂ ਗਲਤ ਨੇ, ਅਸੀਂ ਆਪਾਂ ਲਿਖਣ ਵਾਲੇ ਬੰਦਿਆਂ 'ਤੇ ਅਸੀਂ ਜਦੋਂ ਮੈਂ ਜਦੋਂ ਲਿਖਦਾ ਨਾ, ਮੈਂ ਇੱਥੋਂ ਲਿਖਦਾ ਦਿਲੋਂ, ਹੈ ਨਾ, ਅਤੇ ਜੇ ਮੇਰੇ ਦਿਲ 'ਤੇ ਕੋਈ ਠੇਸ ਪਹੁੰਚੀ ਹੈ ਤਾਂ ਮੈਂ ਉਹ ਵੀ ਜ਼ਰੂਰ ਲਿਖਦਾ, ਠੀਕ ਹੈ ਨਾ। ਮੇਰੇ ਤੋਂ ਇਹ ਨਹੀਂ ਹੈਗਾ ਜੀ ਮੈਂ ਫੋਰਮੈਲਿਟੀ ਮਾਰੀ ਜਾਵਾਂ ਜੀ, ਮੈਂ ਆਪਣਾ ਕੰਮ ਕਰਨਾ ਜੀ, ਮੈਨੂੰ ਲੋਕ ਮੇਰੇ ਕਲਾਕਾਰ ਸ਼ੋਅ ਬੰਦ ਕਰਾਉਣਾ, ਮੈਨੂੰ ਕੋਈ ਚੱਕਰ ਨਹੀਂ ਜੀ, ਸ਼ੋਅ ਬੰਦ ਹੋ ਜਾਣ, ਪਰ ਮੈਂ ਕਦੇ ਚੁੱਪ ਰਹਿ ਕੇ ਜਾਂ ਦਬ ਦਬਾ ਕੇ ਮੇਰੇ ਤੋਂ ਕਦੇ ਕੋਈ ਗੱਲ ਨਾ ਅੱਜ ਤੱਕ ਹੋਈ ਹੈ, ਅਤੇ ਨਾ ਹੀ ਮੈਂ ਕਦੇ ਕਰਾਂ, ਨਾ ਹੀ ਮੇਰਾ ਜ਼ਮੀਰ ਇਜਾਜ਼ਤ ਦੇਵੇ। ਅੱਜ ਮੈਨੂੰ ਕਿਸੇ ਕੈਪਸ਼ਨ ਕਿਸੇ ਨੇ ਪਾਇਆ ਵੀ ਤੇਰੀ ਮਾਂ ਤਾਂ ਕਹਿੰਦੀ ਜਿੱਥੇ ਤੇਰੀ ਜ਼ਮੀਰ ਮਰ ਗਿਆ, ਮੇਰੀ ਮਾਂ ਨੇ ਕੱਲ੍ਹ ਵੀ ਕਿਹਾ, ਠੀਕ ਹੈ ਨਾ, ਮੇਰੀ ਮਾਂ ਆਪਣੇ ਨਾਲੋਂ ਤੁਹਾਡਾ ਆਦਰ ਕਰਕੇ ਉਹਨੇ ਮਾਫ਼ੀ ਮੰਗੀ, ਠੀਕ ਹੈ ਨਾ, ਮੈਨੂੰ ਪਿੱਛੇ ਛੱਡ ਕੇ, ਵੀ ਚੱਲ ਉਹਦੀ ਚਾਹੇ ਗਲਤੀ ਹੈਗੀ ਹੈ ਚਾਹੇ ਨਹੀਂ ਹੈਗੀ, ਮੈਂ ਮਾਫ਼ੀ ਮੰਗਦੀ ਹਾਂ, ਮੇਰੇ ਮੁੰਡੇ ਤੋਂ ਗਲਤੀ ਹੋ ਗਈ, ਪਰ ਕੋਈ, ਠੀਕ ਹੈ ਨਾ ਜੀ, ਅਤੇ ਮੈਂ ਉਸ ਮਾਂ ਦਾ ਵੀ ਆਦਰ ਕਰਦਾ, ਠੀਕ ਹੈ ਨਾ, ਅਤੇ ਮੈਨੂੰ ਉਸੇ ਕਰਕੇ ਦੁੱਖ ਲੱਗਿਆ, ਮੈਨੂੰ ਤਾਂ ਯਾਰ ਤੁਸੀਂ ਜੋ ਮਰਜ਼ੀ ਕਹਿ ਲਓ ਮੈਨੂੰ ਕੋਈ ਦਿੱਕਤ ਨਹੀਂ, ਠੀਕ ਹੈ ਨਾ, ਮੈਂ ਹਮੇਸ਼ਾ ਮੈਨੂੰ ਆਪਣਾ ਸਿਰ ਚੱਕਿਆ, ਆਪਾਂ ਤੁਹਾਡੇ ਕਰਕੇ ਬਣੇ ਹਾਂ, ਠੀਕ ਹੈ, ਤੁਹਾਡੇ ਲਈ ਕੰਮ ਕਰ ਰਹੇ ਹਾਂ, ਗਾ ਰਹੇ ਹਾਂ, ਜੋ ਵੀ ਕਰ ਰਹੇ ਹਾਂ, ਠੀਕ ਹੈ ਨਾ, ਉਸ ਨਾਲ ਮੇਰੀ ਰੋਟੀ ਜ਼ਰੂਰ ਚੱਲਦੀ ਹੈ, ਪਰ ਉਹ ਮੇਰਾ ਕਿੱਤਾ ਨਹੀਂ ਸੀਗਾ, ਠੀਕ ਹੈ ਨਾ ਜੀ, ਹੁਣ ਮੇਰਾ ਉਹ ਕਿੱਤਾ ਬਣ ਗਿਆ। ਪਰ ਜੇ ਮੇਰੇ ਲਈ ਤਾਂ ਸਾਰਾ ਕੁਛ ਮੇਰੀ ਮਾਂ ਹੈ, ਠੀਕ ਹੈ ਨਾ, ਮੇਰਾ ਪਿਓ ਹੈ, ਜੇ ਮੇਰੇ ਮਾਂ ਪਿਓ ਤੋਂ ਯਾਰ ਤੁਸੀਂ ਬਿਨਾਂ ਗੱਲ ਤੋਂ ਹੀ ਦੂਸ਼ਣ ਲਾਈ ਜਾਓਗੇ, ਮੇਰੀ ਗਲਤੀ ਹੈ, ਚੱਲ ਯਾਰ ਮੇਰੀ ਗਲਤੀ ਹੈ, ਮੈਂ ਮਾਫ਼ੀ ਮੰਗ ਲਈ, ਉਹਨਾਂ ਦਾ ਕੀ ਕਸੂਰ ਹੈ ਉਸ ਚੀਜ਼ 'ਚ, ਠੀਕ ਹੈ ਨਾ ਬਾਈ। ਆਪਣੀ ਚਾਂਦੀ ਚਮਕਾਉਣ ਲਈ, ਆਪਣੀ ਚਾਰ ਪਾਸੇ ਚੜ੍ਹਤ ਕਰਨ ਲਈ ਵੀ ਸਾਡੀ ਕੈਮਰੇ 'ਤੇ ਫੋਟੋ ਆ ਜੂ, ਕਿਸੇ ਦੂਜਿਆਂ ਨੇ ਮਾਂ ਪਿਓ ਬਾਰੇ ਤੁਸੀਂ ਕੁਛ ਗਲਤ ਬੋਲਦੇ ਹੋ, ਰੱਬ ਦੇਖਦਾ ਮੇਰਾ ਵੀਰ, ਜੇ ਗਲਤੀ ਮੈਂ ਕੀਤੀ ਹੈ ਤਾਂ ਵਾਹਿਗੁਰੂ ਮੈਨੂੰ ਵੀ ਦੇਖਦਾ, ਦੇਖਦਾ ਤੁਹਾਨੂੰ ਵੀ ਹੈ, ਠੀਕ ਹੈ ਨਾ ਜੀ। ਸੱਚੇ ਸੁੱਚੇ ਦਿਲਾਂ ਵਾਲੇ ਬੰਦੇ ਹਾਂ ਆਪਾਂ, ਝੂਠ ਬੋਲ ਕੇ ਬਾਹਲਾ ਟਾਈਮ ਕਿਸੇ ਦਾ ਚੱਲਦਾ ਨਹੀਂ ਹੁੰਦਾ, ਠੀਕ ਹੈ ਨਾ, ਦੋ ਦਿਨ ਚਾਂਦੀ ਚਮਕਾ ਲਓਗੇ, ਤੀਜੇ ਦਿਨ ਕਿਸੇ ਨੇ ਨਹੀਂ ਪੁੱਛਣਾ ਇੱਥੇ, ਠੀਕ ਹੈ ਨਾ। ਪਰਮਾਤਮਾ ਸਾਰਿਆਂ ਦਾ ਹੈਗਾ, ਅਤੇ ਬਾਕੀ ਜਿਹੜੀ ਵੀ ਮੇਰੇ ਤੋਂ ਗਲਤੀ ਹੋਈ ਹੈ ਬਾਈ, ਮੈਂ ਤੁਹਾਡੇ ਸਾਰਿਆਂ ਤੋਂ ਖਿਮਾ ਹੁਣ ਲਾਈਵ ਵੀ ਮੰਗਦਾ, ਮੈਂ ਇੱਕ ਵੀਡੀਓ ਪੋਸਟ ਕਰਕੇ
ਠੀਕ ਹੈ, ਕਿਸੇ ਅਖੌਤੀ ਬੰਦੇ ਤੋਂ ਜਾਂ ਕਿਸੇ ਹੋਰ ਦੇ ਪ੍ਰਭਾਵ ਚ ਆ ਕੇ ਮੈਂ ਕਿਸੇ ਤੋਂ ਮਾਫ਼ੀ ਨਹੀਂ ਮੰਗ ਰਿਹਾ, ਠੀਕ ਹੈ ਨਾ। ਮੇਰੇ ਦਿਲ ਦੇ ਵਿੱਚ ਫੀਲ ਹੈ ਵੀ ਜੇ ਮੈਂ ਮੇਰੇ ਕਰਕੇ ਕਿਸੇ ਦਾ ਯਾਰ ਦਿਲ ਦੁਖੀ ਹੋਇਆ ਤਾਂ ਮੈਂ ਉਹਦੇ ਤੇ ਮਾਫ਼ੀ ਮੰਗਦਾ ਤੇ ਮੈਂ ਇਹ ਤੋਂ ਬਾਅਦ ਵੀਡੀਓ ਪੋਸਟ ਕਰਨ ਲੱਗਿਆ, ਠੀਕ ਹੈ ਨਾ ਜੀ। ਮੇਰੀ ਜਿੱਥੋਂ ਤੱਕ ਹੋਊਗੀ ਜਿੰਨਾ ਜਿੰਨਾ ਬੰਦਿਆਂ ਨੂੰ ਵੀ ਦੁੱਖ ਲੱਗਿਆ ਮੇਰੀ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ। ਬਾਕੀ ਮੈਂ ਇੰਨੀ ਕੀ ਬੇਨਤੀ ਕਰਦਾ ਬਾਈ, ਸਾਰਿਆਂ ਤੋਂ ਛੋਟਾ ਮੇਰੇ ਤੋਂ ਕਈ ਵਾਰੀ ਬਹੁਤ ਭੁੱਲ ਚੁੱਕਾ ਹੋ ਜਾਂਦੇ, ਹਾਂ ਨਾਮ ਸ਼ੋਰਟ ਤੁਸੀਂ ਬਹੁਤ ਕੁਛ ਦੇਤਾ, ਪਰ ਜੋ ਵੀ ਯਾਨੀ ਕਿ ਮਤ ਹੁੰਦੀ ਹੈ, ਜੋ ਵੀ ਅਕਲ ਹੁੰਦੀ ਹੈ, ਉਹ ਹੌਲੀ 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 ਬੰਦੇ ਨੂੰ ਟਾਈਮ ਦੇ ਨਾਲ ਹੀ ਆਉਂਦੀ ਹੈ, ਠੀਕ ਹੈ ਨਾ ਜੀ। ਮੈਂ ਇੰਨਾ ਸਿਆਣਾ ਨਹੀਂ ਹੈਗਾ, ਮੇਰੇ ਤੋਂ ਬਥੇਰੇ ਵਾਰੀ ਗਲਤੀਆਂ ਹੋ ਜਾਂਦੀਆਂ ਅਤੇ ਮੇ ਵੀ ਮੈਨੂੰ ਲੱਗਦਾ ਮੇਰੇ ਤੋਂ ਅੱਗੇ ਵੀ ਕੋਈ ਨਾ ਕੋਈ ਗਲਤੀ ਹੋਵੇ, ਬਸ ਆਪਣਾ ਛੋਟਾ ਵੀਰ ਸਮਝ ਕੇ ਆਪਣੀ ਫਿਰ ਪਰਿਵਾਰ ਦਾ ਮੈਂਬਰ ਸਮਝ ਕੇ ਮਾਫ਼ ਕਰਿਓ। ਅਤੇ ਮੈਂ ਅਗਲੀ ਵੀਡੀਓ ਜਿਹੜੀ ਮੈਂ ਕਿਸੇ ਨੂੰ ਵੀ ਬਾਈ ਮੇਰੇ ਗਾਉਣ ਦੇ ਨਾਲ ਦੁੱਖ ਹੋਇਆ ਜਾਂ ਮੇਰੇ ਕਿਸੇ ਸ਼ਬਦ ਕਰਕੇ ਦੁੱਖ ਹੋਇਆ, ਠੀਕ ਹੈ ਨਾ ਜੀ, ਮੈਂ ਪਾਉਣ ਲੱਗਿਆ, ਠੀਕ ਹੈ ਜੀ, ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਹੈ ਨਾ ਜੀ, ਮੇਰੀ ਜਿੰਨੀ ਵੀ ਹੈਗੀ ਸਾਰਿਆਂ ਨੂੰ ਸ਼ੇਅਰ ਕਰ ਦਿਓ ਜੀ। ਹੱਥ ਬੰਨ ਕੇ ਬੇਨਤੀ ਜੀ, ਗਲਤੀ ਫਲਤੀ ਮਾਫ਼ ਜੀ। ਤੁਹਾਡੇ ਭਰਾ ਬਣੀ ਹੋ, ਛੋਟੇ ਵੀਰ ਬਣੀ ਹੋ, ਸਿੱਧੂ ਮੂਸੇਵਾਲੇ ਬਣੀ ਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।